मैपल लीफ की व्हाइट सीमेंट बेस एचडी पट्टी, जब बेस ही ना हो स्ट्रॉन्ग तो सब कुछ होगा रॉन्ग। बेड़ा गर्क हो गया इनका नाखरा। ओए ओए ओए, तो भाई नौकरी करना भी भाई बड़ा मुश्किल काम है। छेवीं मंजिल से फ्लैट ले रहे हैं, वो तो इतना कूड़ा खिला रहा, पता नहीं किनू वेलकम कीता पहले। कौन है भाई? केड़ा दरवाजा खड़क? सब लगे हुए। वालेकुम सलाम जी। पर पहले तो ये दसो, एडी उच्ची रैश रख ली तुसी, थले तुहानू कोई चपेड़ा मार जांदा की? मत देखो जी, जेड़ी है उतला पोर्शन है ना, हां जी, ओदा किराया घट हुंदा है। अच्छा, जिवें जिवें उत्ते जाओ, हां, किराया घटदा जांदा जी। ਜੇ ਤੋਂ ਉੱਤੇ ਗਏ ਤੇ ਫਿਰ ਬਿਲਕੁਲ ਗਏ। ਕੀ ਮਤਲਬ ਤੁਹਾਡਾ? ਮੇਰਾ ਮਤਲਬ ਹੁਣ ਇੱਥੇ ਗਿਰਾ ਨਾ, ਤੂੰ ਅੱਗੇ ਨਾ ਸੋਚ। ਭਾਈ ਜਾਨ, ਮੇਰੀ ਮਰਜ਼ੀ, ਜਿੱਥੇ ਮਰਜ਼ੀ ਰਵਾਂ, ਤੁਹਾਡਾ ਇਹ ਕੀ ਤਲਕ ਹੈ? ਤੁਸੀਂ ਕੌਣ ਹੋ? ਆਪਣਾ ਤਾਰਫ ਕਰਾਓ। ਅੱਛਾ ਜੀ, ਗੱਲ ਇਹ ਕਿ ਬੱਚੇ ਤੁਹਾਡੇ ਕਿੱਥੇ ਨੇ? ਛੋਟੇ? ਕਿਹੜੇ ਬੱਚੇ? ਬੱਚੇ ਤੁਹਾਡੇ ਛੋਟੇ? ਮੈਂ ਛੋਟਾ ਹੋਵੇ, ਚਾਰ ਸਾਲ ਤੋਂ ਕੀ? ਮੈਂ ਕੋਈ ਤੇਰੇ ਬੱਚਿਆਂ ਦਾ ਪੁੱਛਿਆ ਤੈਨੂੰ? ਤੂੰ ਮੇਰੇ ਬੱਚਿਆਂ ਦਾ ਕੋਈ ਪੁੱਛੇਗਾ ਤੂੰ ਮੇਰਾ ਸਾਂਢੂ ਹੈ? ਤੇ ਤੂੰ ਮੇਰੇ ਬੱਚਿਆਂ ਦਾ ਕਿਉਂ ਪੁੱਛ ਲਿਆ? ਤੂੰ ਮਾਮਾ ਲੱਗਣਾ? ਨਹੀਂ, ਮਤਲਬ ਕਿ ਮੈਂ ਤੇ ਆਪਣੀ ਡਿਊਟੀ ਕਰਨਾ ਫਿਰਨਾ। ਉਹ ਡਿਊਟੀ ਤੂੰ ਕਰ ਪਿਆ, ਤੈਨੂੰ ਬੱਚਿਆਂ ਨਾਲ ਕੀ ਲੱਗੇ ਹੋਏ? ਹੈਂ, ਉਹ ਸਾਡੀ ਡਿਊਟੀ ਬੱਚਿਆਂ ਲਈ ਹੈ ਭਾਈ ਜੀ। ਯਾਰ ਮੈਂ ਅੱਗੇ ਪਰੇਸ਼ਾਨ ਆ, ਮੈਨੂੰ ਤੰਗ ਨਾ ਕਰ। ਅੱਗੇ ਪਰੇਸ਼ਾਨੀ ਅੰਦਰ ਥਾਣਾ ਹੈ, ਤਫਤੀਸ਼ ਹੋਣ ਲਈ ਤੁਹਾਡੀ। ਯਾਰ ਕਾਹਦੀ ਤਫਤੀਸ਼, 100 ਬੰਦੇ ਨੂੰ ਪ੍ਰੋਬਲਮ ਹੁੰਦੀ, ਜਿੰਨੀ ਟੈਨਸ਼ਨ ਹੁੰਦੀ ਹੈ। ਤੇ ਜਿੰਨੀ ਟੈਨਸ਼ਨ ਹੋਵੇ ਤੇ ਸੌਂ ਜੀਦਾ ਹੁੰਦਾ ਤੇ ਬਾਹਰ ਨਹੀਂ ਖੁਲੀਦਾ ਹੁੰਦਾ ਜੀ ਦੇ। ਓ ਯਾਰ, ਤੂੰ ਕਾਹ ਤੋਂ ਵੱਧ ਵੱਧ ਕੇ ਗੱਲਾਂ ਕਰੀ ਜਾ ਰਿਹਾ ਯਾਰ? ਟੈਨਸ਼ਨ ਨਹੀਂ। ਕਿਹੜੀ ਡਿਊਟੀ ਹੈ ਤੇਰੀ? ਇਹ ਕੂੜਾ ਇੰਨਾ ਇਕੱਠਾ, ਬਿਜਲੀ ਬਣਾਉਂਦੇ ਇਹਦੇ ਨਾਲ, ਇੰਨਾ ਇਕੱਠਾ ਕੀਤਾ ਘਰ ਦੇ ਬਾਹਰ। ਅੱਛਾ, ਇੰਨੇ ਕੂੜੇ ਨਾਲ ਬਿਜਲੀ ਬਣ ਜਾਂਦੀ? ਮੈਨੂੰ ਤੇ ਇੰਜ ਹੀ ਲੱਗਣਾ ਵੀ ਜੇ ਇੰਜ ਇਕੱਠਾ ਕਰਨ ਦੇ। ਦੋ ਚਾਰ ਦਿਨ ਤਾਂ ਨਹੀਂ ਉਹ ਕੂੜਾ ਚੁੱਕਣ ਆਇਆ ਪਿਆ ਇੱਥੇ? ਮੈਂ ਕਿਹਾ ਪਤਾ ਨਹੀਂ ਉਹ ਕਦਾ ਤੁਹਾਡੇ ਇੱਥੇ ਚੁਕਾਈ ਦਾ ਹੁੰਦਾ ਪਾਏ ਨਾ। ਆ ਯਾਰ ਮੇਰਾ ਭਾਈ, ਇਹ ਗੱਲ ਨਾ ਵਧਾ, ਜਿਹੜੇ ਕੰਮ ਆਇਆ ਦੱਸ, ਇਹ ਕੀ ਉਹ ਝਾੜੂ ਵੀ ਖੜਾ ਕੀਤਾ? ਟੂਣਾ ਤੁਹਾਡੇ ਕਰਨ ਦੇ ਕੋਈ ਕਿੱਲਾ ਕੱਢ ਰਹੇ ਹੋ? ਝਾੜੂ ਆਪਣੇ ਪੈਰਾਂ ਤੇ ਖਲੋਤਾ ਨੂੰ ਖਲੋਂਦੇ? ਅੱਛਾ, ਵੱਡਾ ਹੋ ਗਿਆ ਕਿਹਨੂੰ ਤਾਂ ਵੱਡਾ ਹੋ ਗਿਆ? ਅੱਛਾ ਜੀ, ਗੱਲ ਇਹ ਹੈ ਭਾਈ ਜੀ, ਕੀ ਗੱਲ ਹੈ ਜੀ? ਅਸੀਂ ਪਿਆਨੇ ਜੀ ਕਤਰੇ ਬੱਚਿਆਂ ਨੂੰ ਪੋਲੀਓ ਦੇ ਨਾ। ਅੱਛਾ, ਐ ਉਹਦੇ ਚ ਵੈਕਸੀਨ ਹੋਰ, ਮੈਂ ਇੱਥੇ ਬਿੱਲੀ ਛੱਡਣ ਨਹੀਂ ਆਇਆ। ਅੱਛਾ, ਪੋਲੀਓ ਦੇ ਕਤਰੇ ਪਿਆਉਂਦੇ ਜੀ? ਜੀ ਜੀ, ਬੱਚਿਆਂ ਨੂੰ? ਜੀ ਜੀ, ਠੀਕ ਹੈ। ਤੇ ਬੱਚੇ ਤੁਹਾਡੇ ਮੈਂ ਇਸ ਲਈ ਪੁੱਛੇ ਨੇ, ਹੋਰ ਮੈਨੂੰ ਗੱਲਾਂ ਮਾਫ ਕਰੇ, ਮੈਂ ਤੁਹਾਡੇ ਬੱਚਿਆਂ ਨੂੰ ਕੋਈ ਚਿਪਸ ਲੈ ਕੇ ਨਹੀਂ ਦੇਣ ਆਇਆ। ਯਾਰ ਤੂੰ ਕਿਉਂ ਪੁੱਛਣਾ ਪਿਆ ਮੇਰੇ ਬੱਚਿਆਂ ਦਾ? ਤੇਰਾ ਕੀ ਤਲਕ ਹੈ ਮੇਰੇ ਬੱਚਿਆਂ ਨਾਲ? ਅੱਛਾ, ਹਾਂ, ਸਾਡਾ ਤੇ ਗਵਰਨਮੈਂਟ ਵੱਲੋਂ ਤਲਕ ਹੈ, ਤੁਹਾਡਾ ਕੀ ਤਲਕ ਇਸ ਗੱਲ ਨਾਲ? ਹੋਰ ਗਵਰਨਮੈਂਟ ਨੇ ਤੁਹਾਨੂੰ ਐਸੇ ਕੰਮ ਛੱਡਿਆ ਹੈ ਬਸ? ਉਹ ਡਿਊਟੀ ਕਰਨ ਦੇ, ਆਪਣੀ ਤਨਖਾਹ ਲੈਂਦੇ ਯਾਰ, ਤੇਰਾ ਦਿਮਾਗ ਠੀਕ ਹੈ ਭਾਈ? ਉਹ ਕਿਹੜੀ ਡਿਊਟੀ ਤੂੰ ਕਰਨ ਦਿਆ? ਤੂੰ ਚੌਂਕੀਦਾਰ ਹੈ ਇੱਥੋਂ ਦਾ? ਤੂੰ ਤਾਂ ਲੱਗਦਾ ਪਦੇਸ਼ੀ ਪਰੇਸ਼ਾਨ ਹੈ ਕਿਤੇ। ਪਰੇਸ਼ਾਨ ਮੈਂ ਕਹਿੰਦਾ ਜਿੰਨਾ ਮੈਂ ਪਰੇਸ਼ਾਨ ਹਾਂ, ਕੋਈ ਦੁਸ਼ਮਣ ਨਾ ਹੋਵੇ। ਰੋਈ ਨਾ ਮੇਰਾ ਭਰਾ, ਰੋ ਕੇ ਮੇਰਾ ਹੱਥ ਨਾ ਕਢਾਈ। ਹੈਂ, ਰੋਈ ਨਾ, ਰੋਂਦਾ ਤੂੰ ਮੇਰੇ ਨਾਲ ਵੀ ਬੁਰਾ ਹੋ ਜਾਂਦਾ। ਅੱਛਾ, ਤਾਂ ਤੁਸੀਂ ਬੱਚਿਆਂ ਨੂੰ ਕਤਰੇ ਪਿਆਉਣ ਆਏ ਹੋ? ਹੋਰ ਭਾਈ, ਗਲਾਸ ਭਰ ਕੇ ਦੇ ਦਿਆ। ਕਤਰੇ ਪਿਆਈ ਦੇ ਰਹੇ ਭਾਈ ਜੀ, ਇਹ ਡਿਊਟੀ ਹੁੰਦੀ ਹੈ ਬੱਚਿਆਂ ਨੂੰ ਪੋਲੀਓ ਦੇ ਕਤਰੇ। ਉਹਨੂੰ ਆਪ ਤੇ ਪੀਤੇ ਨਹੀਂ ਲੱਗਦਾ ਬਿਲਕੁਲ, ਪਤਾ ਨਹੀਂ ਕਿਵੇਂ ਫਿਰਨ ਡਿਆ। ਨਹੀਂ, ਮੈਂ ਕੀ ਕਤਰੇ ਨਹੀਂ ਪੀਤੇ, ਮੈਂ ਉਹ ਤਾਂ ਕੋਈ ਲੱਸੀ ਪੀਤੀ। ਯਾਰ ਤੂੰ ਤਾਂ ਗੱਲ ਪੈਣ ਡਿਆ। ਯਾਰ ਗੱਲ ਤੇਰੇ ਮੈਂ ਕੀ ਪੈਣ ਡਿਆ? ਉਹ ਮੈਂ ਕੋਈ ਰੈਸਟ ਕਰਨ ਨਹੀਂ ਆਇਆ, ਤੂੰ ਮੇਰੇ ਗੱਲ ਕਿਉਂ ਪੈਣ ਡਿਆ? ਅੱਛਾ, ਕਤਰੇ ਜਨਮਨ ਨੇ ਇੱਕ ਨੰਬਰ? ਤੁਸੀਂ ਠਹਿਰੋ, ਮੈਂ ਲੈਬਾਰਟਰੀ ਪਹਿਲੇ ਚੈੱਕ ਕਰਾਂ ਵਾ, ਇੱਕ ਨੰਬਰ ਹੈ ਕਿ ਦੋ ਨੰਬਰ? ਚੈਨਲ ਦੇ ਕਤਰੇ ਆਉਣ ਡੇ? ਨਹੀਂ, ਬੱਚੇ ਕਈ ਅਪਾਹਜ ਵੀ ਹੋ ਜਾਂਦੇ ਨੇ ਨਾ। ਉਹ ਪਾਹਜ ਹੋਣ ਤੋਂ ਬਚਾਉਣ ਵਾਸਤੇ ਪਾਏ ਨੇ ਕਤਰੇ ਹੁੰਦੇ ਨੇ। ਅੱਛਾ, ਹਾਂਜੀ, ਮਤਲਬ ਕਿ ਤੇਰਾ ਕੀ ਖਿਆਲ ਹੈ, ਅਪਾਹਜ ਹੋਣ ਤੋਂ ਬਾਅਦ ਪਿਆਈ ਦੇ ਨੇ ਬੱਚੇ? ਅੱਛਾ, ਬਸ ਮੇਰਾ ਨਾ ਪਰੇਸ਼ਾਨੀ 'ਚ ਕੋਈ ਜ਼ੇਨ ਕੰਮ ਨਹੀਂ ਕਰ ਰਿਹਾ। ਪਰੇਸ਼ਾਨੀ ਕਾਹਦੀ ਤੈਨੂੰ ਭਰਾਵਾ, ਤੂੰ ਜੰਮਣਾ ਹੀ ਨਹੀਂ ਸੀ ਤੂੰ? ਯਾਰ ਇੰਨੀ ਤੂੰ ਟੈਨਸ਼ਨ ਨਹੀਂ, ਤੂੰ ਦੁਬਾਰਾ ਜੰਮ ਕੇ ਵੇਖ ਲੈ ਯਾਰ। ਯਾਰ ਮੈਂ ਤੈਨੂੰ ਆਪਣੀ ਪਰੇਸ਼ਾਨੀ ਕਿਉਂ ਦੱਸਾਂ? ਤੂੰ ਕੌਣ ਯਾਰ, ਅੱਗੇ ਦੱਸ ਦੇ, ਮੇਰੀ ਇੱਜ਼ਤ ਨਾ ਰਵੇ ਮਹੱਲੇ 'ਚ। ਦੱਸਣ ਨਾਲ ਨਾ ਪਰੇਸ਼ਾਨੀ ਘੱਟਦੀ, ਸਿਆਣੇ ਕਹਿੰਦੇ ਦੇਣ ਤੋਂ ਨਾ ਬੋਝ ਘੱਟਦਾ ਹੁੰਦਾ ਬੰਦੇ ਦੇ। ਅੱਛਾ, ਹੁਣ ਬੱਚਾ ਮੈਂ ਲੈ ਕੇ ਆਵਾਂ ਫਿਰ ਉਹਨੂੰ ਕਤਰੇ ਕੋਈ ਪਿਆ ਦਿਓ? ਨਹੀਂ, ਕੋਈ ਵੱਡਾ ਲਾਇਓ, ਕੋਈ 40-50 ਸਾਲ ਦਾ ਹੈ ਕੋਈ ਅੰਦਰ? ਯਾਰ ਤੂੰ ਬੱਚਿਆਂ ਨੂੰ ਪਿਆਣੇ ਨੇ ਕਿ 50 ਸਾਲ ਦੇ ਬੰਦੇ ਨੂੰ ਪਿਆਣੇ ਨੇ? ਯਾਰ ਮੈਂ ਤੈਨੂੰ 33 ਵਾਰੀ ਦੱਸ ਬੈਠਾ ਵੀ ਬੱਚਿਆਂ ਨੂੰ ਭੇਜਦੇ ਕਤਰੇ ਜਾ ਰਹੇ। ਮੈਂ ਆਇਆ ਬੱਚਾ ਲੈ ਕੇ। ਹੈਂ, ਮੈਂ ਬੱਚਾ ਲੈ ਕੇ ਆਇਆ। ਕਿਤੇ ਹੋਰ ਦਾ ਨਾ ਲੈ ਆਈ, ਉਹ ਸ਼ਕਲ ਉਹੋ ਜਿਹਾ ਲੱਗਣ ਡਿਆ। ਉਹ ਕਿਸੇ ਹੋਰ ਦਾ ਲਾਈ, ਉਧਰ ਜੱਚਾ ਬੱਚਾ ਸੈਂਡਰ ਹੋਏ ਤੇ ਤੇਰੇ ਲਈ ਬੰਦੇ ਦਾ ਪਤਾ ਨਹੀਂ ਨਾ ਹੁੰਦਾ। ਉਹ ਯਾਰ ਜਾ, ਤੂੰ ਕੌਣ ਹੈ, ਕਿਸ ਕਿਸਮ ਦੀ ਸ਼ਖਸੀਅਤ ਹੈ ਤੂੰ ਯਾਰ? ਮੂੰਹ ਵੀ ਤੇਰਾ ਅਜੀਬ ਜਿਹਾ ਹੀ ਹੈ, ਕੋਈ ਸਮਝ ਨਹੀਂ ਆ ਰਹੀ ਮੈਨੂੰ। ਅੱਛਾ, ਮੈਂ ਬੱਚਾ ਲੈ ਕੇ ਆਇਆ। ਹਸਪਤਾਲ 'ਚੋਂ ਕੋਈ ਬੱਚਾ ਚੋਰੀ ਹੋਵੇ ਨਾ ਤੇ CCTV 'ਚ ਤੇਰੇ ਵਰਗਾ ਬੰਦਾ ਹੁੰਦਾ। ਬਾਬੂ ਜੀ, ਗੱਲ ਕਰਕੇ ਲਪੇਟਿਆ ਹੁੰਦਾ ਤੇ ਉਹ ਕੰਟੀਨ ਵਾਲੇ ਪਾਸੇ ਜਾਣ ਡਿਆ ਹੁੰਦਾ। ਜ਼ੁਲਮ ਹੈ ਕਿਸੇ ਦਾ ਬੱਚਾ ਲੈ ਜਾਣਾ। ਇਹੀ ਤਾਂ ਮੈਂ ਤੈਨੂੰ ਕਹਿਣ ਡਿਆ। ਮੈਂ ਆਇਆ ਬੱਚਾ ਲੈ ਕੇ। ਉਹ ਤੇਰੇ ਬੱਚੇ ਹੈ ਆ?
नहीं गुडोए ने बच्चे है ना मेरे। अच्छा जी। अच्छा जी लड्डू आप बच्चा लगन दे। बस अल्लाह का शुक्र है वाक करी थी ना जरा तो फिटे गए। फिटनेस नहीं मैं कर चलो कह दे। अच्छा जी बच्चे है निक ने मुझे बच्चे जी अल्लाह का करम है जी। ये बच्चे बहुत ने। हां जी जी प्राइमरी स्कूल अपना जाते हैं ने बच्चे ने अंदर। हां जी तो इन्हें के स्कूल जो बच्चे खलो के पढ़ते सारे यार बच्चे बह के पढ़ते ने यार सफा विषय नहीं। दो कमरे दी किटा स्कूल होएगा भाई जान। दो कमरे च बंदे 50 बच्चे उधर आ जंदे ने। हां 50 बच्चे इधर आ जंदे ने। फिर कितने बच्चे हैं। वाला दा शुक्र है बस सोने रब दा करम है। अल्लाह दा भी शुक्र है लेकिन मनु गल विच होर भी लगन रही है यार। के तानू गल लगन बच्चे ते इन्ने बच्चे के मतलब क्यों तेरे यार। बड़ी गल है फल ਇਹ ਤੇਰੇ ਨਸੀਬਾਂ ਦਾ ਫਲ ਹੀ ਜਿਹੜਾ ਪਿਆ ਨਾ ਆਵੇ ਇਹ ਤੇਰੇ ਨਸੀਬਾਂ ਦਾ ਫਲ ਹੈ। ਇਹ ਭਾਈ ਜੀ ਸੀ ਤੁਹਾਡਾ ਬੋਰਾ ਕਿਹੜਾ ਕਾਲਾ ਕੋਲੂ ਬੋਰਾ ਹੈ। ਹਾਂਜੀ ਹੈ ਇਹ ਤੁਹਾਡੇ ਵਰਗਾ ਮਹਿਮਾਨ ਆਇਆ ਨਾ ਉਹਦੇ ਅਸਿਆ ਫਲ ਰੱਖਿਆ। ਨਹੀਂ ਇਹ ਝਾੜੂ ਚਿਤਰੀ ਵਾਲਾ ਹੈ। ਕਿਹੜਾ ਫਲ ਹੈ ਯਾਰ ਤੂੰ ਤੇ ਵੱਖਰੇ ਮੈਚ ਪਾ ਲਿਆ ਯਾਰ। ਹੱਦ ਹੋ ਗਈ ਵੀਰ ਕਿਹੜਾ ਫਲ ਹੈ ਇਹ ਦੱਸ ਮੈਨੂੰ ਯਾਰ ਮੈਨੂੰ ਕੋਈ ਹੋਰ ਕੰਮ ਵੀ ਹੈ। ਆ ਬਾਲਟੀ ਲੀਚੀ ਹੈ ਯਾਰ ਐਵੇਂ ਇੱਚੀ ਪੀਚੀ ਨਾ ਕਰ ਮੇਰੇ ਨਾਲ। ਨਹੀਂ ਤੂੰ ਤੇ ਆਪ ਲੱਗਾ ਵੀ ਕਿਆ ਫਲ ਕਿਹੜਾ ਜੀ ਇਹ ਖਾ ਫਲ ਖਾਈਦਾ ਨਾ। ਹਾਂ ਉਹ ਛਿੱਲੜ ਵਗੈਰਾ ਸੁੱਟ ਦੀ ਦੇਣਾ ਇੱਥੇ ਇਹ ਕਰਮਾ ਦਾ ਫਲ ਹੀ ਜਿਹੜਾ ਤੈਨੂੰ ਮਿਲਿਆ। ਹੋਏ ਹੋਏ ਯਾਰ ਕੀ ਆਟਮ ਹੈ ਤੂੰ। ਕੀ ਆਟਮ ਹੈ ਯਾਰ ਮੇਰਾ ਟਾਈਮ ਨਾ ਵੇਸਟ ਕਰ ਤੇਰੀ ਮਿਹਰਬਾਨੀ। ਹਾਂ ਉਹ ਡਿਊਟੀ ਇਜ਼ ਡਿਊਟੀ ਭਾਈ ਜਾਨ। ਠੀਕ ਹੈ ਮੈਂ ਬੱਚਾ ਲੈ ਕੇ ਆਇਆ ਜੇ ਆਪਣੇ ਲਈ ਆਈ ਹੋਏ ਮੈਂ ਤੈਨੂੰ ਫੇਰ ਕਹਿਣ ਦੇ। ਮੈਂ ਆਪਣੇ ਲਿਆਣਾ ਔਰ ਤੇਰਾ ਲੈਣਾ ਹੈ ਤੂੰ ਤੇ ਆਪਣੇ ਆਂਡੇ ਆਪ ਹੀ ਜਾਂਦਾ ਹੋਏਗਾ। ਸਾਪਾ ਮੈਂ ਹੱਦ ਹੋ ਗਈ ਬਹੁਤ ਹੋਰ ਮੋਰ ਹੈ ਤੁਹਾਡੀ ਨਾ ਬੁੱਢੇ ਉੱਲੂ ਵਰਗੀ ਸ਼ਕਲ ਹੋ ਗਈ। ਕਦੀ ਗੌਰ ਕਰਨਾ ਮੈਂ ਤੈਨੂੰ ਸਹੀ ਕਹਿ ਰਿਹਾ। ਮੈਂ ਬੱਚਾ ਲੈ ਕੇ ਆਇਆ ਉਲੂ ਦੇ ਪੱਠੇ। ਮੈਂ ਤੈਨੂੰ ਫੇਰ ਕਹਿੰਦਾ ਆਪਣਾ ਲੈ ਆਈ ਓਏ ਮੈਂ ਤੈਨੂੰ ਸਹੀ ਕਹਿ ਰਿਹਾ। ਯਾ ਮੈਨੂੰ ਜਾਣ ਦੇਣਾ ਕਿ ਨਹੀਂ। ਬੱਚਾ ਲੈਣ ਚੱਲਣਾ। ਬੱਚਾ ਲੈਣ ਚੱਲਣਾ ਔਰ ਮੈਂ ਉੱਥੇ ਕਮੇਟੀ ਲੈਣ ਚੱਲਾਂ। ਤੂੰ ਤੇ ਅਜੇ ਗਨ ਪੁਆਇੰਟ ਤੋਂ ਬੱਚਾ ਲੈਣ ਚੱਲਣਾ। ਆਕੜ ਤੇਰੀ ਕਿੰਨੀ ਯਾਰ ਤੇਰੀ। ਇਹ ਆਕੜੀ ਮਾਰ ਗਈ ਸਾਨੂੰ ਕੀ ਦੱਸਾਂ ਮੈਂ ਬਸ। ਹੈ ਆਕੜੀ ਮਾਰ ਗਈ ਮੈਨੂੰ। ਅੰਦਰ ਤੇਰੀ ਟਿਕਟੀ ਆਉਂਦੀ ਕਿੰਨੀ ਆਵਾਜ਼ ਆਉਂਦੀ ਹੈ ਦਰਵਾਜ਼ੇ ਵੱਜਣ ਦੇ। ਓਏ ਬੱਚੇ ਨੇ ਅੰਦਰ ਖੇਡਦੇ ਪਏ ਨੇ। ਤੇਰੇ ਘਰ ਕੋਈ ਖੇਡਣ ਵਾਲੀ ਚੀਜ਼ ਹੈ ਮੈਨੂੰ ਇਹ ਦੱਸ ਦੇ। ਯਾਰ ਬੱਚਾ ਨਾ ਮੈਂ ਖੇਡਣਾ ਬੱਚੇ ਤੋਂ ਵੱਧ ਕਿਹੜੀ ਚੀਜ਼ ਖੇਡਣ ਵਾਲੀ ਹੈ। ਉਹੀ ਮੈਂ ਕਹਾਂ ਤੇਰੇ ਵੀ ਬੰਦੇ ਦੇ ਘਰ ਕਿਹੜੀ ਖੇਡਣ ਵਾਲੀ ਚੀਜ਼ ਆ ਗਈ। ਯਾਰ ਤੂੰ ਬਹੁਤ ਮੈਨੂੰ ਨਾ ਜ਼ਲੀਲ ਕਰ ਰਿਹਾ ਤੇ ਜ਼ਰਾ ਸਬਰ ਕਰ ਲੈ। ਮੈਂ ਬੱਚਾ ਲੈ ਕੇ ਆਇਆ। ਤੈਨੂੰ ਕਾਫੀ ਲੇਟ ਪਤਾ ਲੱਗਦਾ ਕਿ ਤੈਨੂੰ ਕੋਈ ਬੰਦਾ ਜ਼ਲੀਲ ਕਰ ਰਿਹਾ। ਉਹ ਯਾਰ ਤੂੰ ਕੋਈ ਕਤਲੇ ਬਿਆਨ ਆਇਆ ਜਾਂ ਕੋਈ ਚਮੋਟੇ ਵਾਲਾ ਬੰਦਾ ਤੂੰ ਕੋਈ। ਚਮੋਟਾ ਕੀ ਮੈਂ ਐਜ ਕਤਲੇ ਬਿਆਨੋਂ ਮੈਂ। ਲਾਈ ਹੈ ਕਤਲੇ ਪੀ ਲੋ ਇਹ ਕਹਿੰਦਾ ਮੈਂ। ਅੱਛਾ ਅੱਛਾ ਖਲੋ ਕਤਰੇ ਕਤਰੇ ਨਾਲ ਦਰਿਆ ਭਰੇਗਾ। ਮੈਂ ਬੱਚਾ ਲੈ ਕੇ ਆਇਆ ਜੀ। ਕਤਰੇ ਕਤਰੇ ਨਾਲ ਘਰ ਭਰ ਲਿਆ ਜਿੰਨੇ ਬੱਚੇ ਦੱਸਣ ਦੇ ਆ। ਓ ਯਾਰ ਜਾ ਕਿਤੇ ਕਤਰੇ ਆ ਜਾਵੇਂ। ਮੈਂ ਆਇਆ ਲੈ ਕੇ ਬੱਚਾ। ਮੇਰੇ ਕੋ ਕੰਨੀ ਕਤਰਾ ਆ ਗਏ ਨਾ ਤੇ ਕਤਰੇ ਕੋ ਆ ਗਏ ਬੱਚੇ ਨਾਲ। ਮੈਂ ਆਇਆ ਬੱਚਾ ਲੈ ਕੇ। ਬੱਚਾ ਲੈ ਕੇ। ਹੈਲੋ ਓਏ ਲੋ ਜੀ ਭਾਈ ਜਾਨ ਬੱਚੇ ਲਿਆਓ ਤੁਸੀਂ ਭਾਬੀ ਲੈ ਆਇਓ। ਕੀ ਬਤਮੀਜ਼ੀ ਕਰ ਰਹੇ ਹੋ। ਬੱਚੇ ਕਿੱਥੇ ਨੇ। ਇਹ ਬੱਚਾ ਹੈ। ਇਹ ਬੱਚਾ ਜੀ ਜੀ ਉਹ ਯਾ ਕਰ ਰਹੇ ਤੂੰ ਕਿੱਥੇ ਵਿਆਹ ਕੀਤਾ ਤੂੰ। ਉਹ ਭਾਈ ਜਾਨ ਗੱਲ ਸੁਣੋ ਅੱਜ ਦੀ ਔਲਾਦ ਤੁਹਾਨੂੰ ਪਤਾ ਨਾ ਫਰਮਾਨ ਹੈ। ਹਾਂ ਬੇਅਦਬ ਹੈ ਮਾਂ ਬਾਪ ਦੀ। ਅੱਛਾ ਇਹ ਜਾਨਵਰ ਹੈ ਵਫਾਦਾਰ ਹੈ। ਇਹ ਹੀ ਮੇਰੀ ਔਲਾਦ ਹੈ। ਇਹ ਹੀ ਔਲਾਦ ਹੈ ਜੀ ਜੀ। ਇਹਦੀ ਖਾਤਰ ਬਹਿਸ ਕਰਨ ਦੇ ਉਹਨੂੰ ਜੀ ਮੇਰੇ ਨਾਲ। ਹਾਂਜੀ ਇਹਨੂੰ ਕਤਰੇ ਪਿਆਉਣੇ ਨੇ ਜੀ। ਇਹਨੂੰ ਕਤਰੇ ਪਿਆਉਣੇ ਨੇ ਜੀ। ਉਹ ਇਹਨੂੰ ਛਿਟੜੇ ਖਵਾ ਇਹਨੂੰ ਕਤਰੇ ਪਿਆਉਣੇ ਆ ਤੂੰ ਭਾਈ ਜਾਨ। ਤੇਰਾ ਦਿਮਾਗ ਠੀਕ ਹੈ ਤੂੰ ਮੇਰਾ ਕਿਉਂ ਟਾਈਮ ਜ਼ਾਇਆ ਕਰਨ ਦੇ ਆ ਤੂੰ। ਯਾਰ ਭਾਈ ਤੈਨੂੰ ਸਮਝ ਨਹੀਂ ਆ ਰਹੀ ਯਾਰ। ਕੀ ਔਲਾਦ ਦੇਖਣਾ ਜਦੋਂ ਬਾਪ ਮਰਦਾ ਹੈ ਨਾ ਹਾਂ ਤੇ ਔਲਾਦ ਫੌਰੀ ਪ੍ਰਾਪਤੀ ਤੇ ਧਿਆਨ ਕਰ ਲੈਂਦੀ ਏ ਬਟਵਾਰੇ ਕਰਨੇ ਸ਼ੁਰੂ ਕਰ ਦਿੰਦੀ ਏ। ਅਸਲ ਔਲਾਦ ਹੈ ਬੇਜ਼ੁਬਾਨ ਹੈ। ਗੱਲਾਂ ਨੂੰ ਜ਼ਗੀਰਦਾਰ ਵਾਲੀਆਂ ਕਰ ਰਿਹਾ ਤੇ ਹੈ ਤੂੰ ਡੈਂਟ ਤੇ ਆ ਤੇ ਮੈਂ ਪਤਾ ਕਰਾ ਲਿਆ ਤੈਨੂੰ। ਉਹ ਮੇਰਾ ਮੈਂ ਤਾਂ ਕਿਹੜੀ ਤੇਰੀ
मैं तो हूं रोटी पकाने भी इन्हू सिखाने लगा इनू हाँ जी अपना चाह बनाने सिखा लगा घर के काम सारे दसांगा तू बिल्ली है मासी तीर रखी कर तू और मेरा भाई ये तो बड़ी कोई चीज नहीं कोई वफादार नहीं आज दा इंसान नहीं वफादार जानवर वफादार है यार वो तो ठीक है लेकिन तू मैं कतरे की गल कर रहे हैं तू अंदर बिल्ली चुक रहे हैं तो तुम यहाँ कतरे पे आओ बिल्ली नू आहो मेरी बुला दे मैं बुला तेरा दिमाग ठीक है वो तू कितने पागल पागलखाना तो नहीं लिखा बाहर भाई जान पागल की कड़ी गल है जब बुला दे मेरी तो ये तो बाद मैं कोई अजीज नहीं है कतरे इन पीने इन पिया ने कतरे और तू आप भी पियो तेरा दिमाग भी ठीक हो गया इन्होंने होर कतरे पियाई देने जानवर हो हद हो गई यार मतलब इन्होंने कितने कतरे पियाई देने जी दसो इन्हें से कतरे कोई नहीं बनाए हुकूमत ने हद हो गई तू ये पालिया ने ओ भाईजान पालिया ने ये मेरी जिंद जान ने सात बच्चे तेरे आए ने हाँ जी यही ने यही वफादार ने तो मैं साहब लाया सारे तेरे ते गए ने हाँ जी शुक्र है अल्लाह का जी है ना ਭਾਈਜਾਨ ਤੁਹਾਨੂੰ ਗੱਲ ਦੱਸੀ ਨਾ ਵੱਡੀ ਇਹੀ ਇਹ ਜਾਨਵਰ ਵਫਾਦਾਰ ਹੁੰਦਾ ਅੱਛਾ ਔਲਾਦ ਨਹੀਂ ਬਸ ਮੈਂ ਤੇ ਇਹੀ ਵੇਖਿਆ ਜੀ ਬਸ ਤੇ ਮੈਂ ਦਫ਼ਤਰ ਜਾ ਕੇ ਕਹਿ ਦਿਆ ਕਿ ਉਹ ਬੰਦਾ ਇਹ ਕਹਿਣ ਦਿਆ ਤੇ ਮੇਰੀ ਡਿਊਟੀ ਖਤਮ ਹੋ ਗਈ ਭਾਈਜਾਨ ਮੈਂ ਤੇ ਬਾਕੀ ਜ਼ਿੰਦਗੀ ਗੁਜ਼ਾਰਨੀ ਇਹਦੇ ਨਾਲ ਹੀ ਇਹਦੇ ਨਾਲ ਆਹੋ ਤੇ ਜਿਹੜਾ ਮੇਰਾ ਟਾਈਮ ਗੁਜ਼ਾਰਨ ਰਿਹਾ ਉਹ ਕਿਹੜੇ ਖਾਤੇ 'ਚ ਤੂੰ ਮੈਨੂੰ ਪਹਿਲੇ ਮਾਰ ਕੇ ਮੇਰੇ ਬੱਚੇ ਕੋਈ ਨਹੀਂ ਹੈਗੇ ਪਰ ਦਫ਼ਾ ਹੋਵਾਂ ਕਿਤੇ ਇਹ ਬੱਚੇ ਨਹੀਂ ਤੇ ਤੂੰ ਇਹਦੀ ਵਜ੍ਹਾ ਤੋਂ ਮੇਰਾ ਇੰਨਾ ਟਾਈਮ ਜ਼ਾਇਆ ਕਰਨ ਰਿਹਾ ਤੂੰ ਜੀ ਜੀ ਖਾਣਾ ਖਰਾਬ ਗਿਆ ਪੁੱਤਰਾ ਜਾ ਦਫਾ ਹੋ ਗਿਆ ਕਿਸੇ ਮਗਰੋਂ ਲੈ